ਵਿਦਿਆਰਥਣਾਂ ਦੇ ਨਾਲ ਛੇੜਛਾੜ ਮਾਮਲੇ ਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੋਕਸੋ ਐਕਟ ਦੇ ਤਹਿਤ ਇਸ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਤਾਂ 7ਵੀਂ ਕਲਾਸ ਦੀ ਵਿਦਿਆਰਥਣਾਂ ਦੇ ਵੱਲੋਂ ਇਸ ਅਧਿਆਪਕ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ, ਜਿਸ ਤੋਂ ਬਾਅਦ ਅਧਿਆਪਕ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਤਾਂ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ 7ਵੀਂ ਕਲਾਸ ਦੀ 3 ਵਿਦਿਆਰਥਣਾਂ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਅਧਿਆਪਕ ਦੇ ਵੱਲੋਂ ਛੇੜਛਾੜ ਕੀਤੀ ਗਈ ਹੈ ਤੇ ਛੇੜਛਾੜ ਤੋਂ ਬਾਅਦ ਜਦੋਂ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਨੂੰ ਇਸ ਗੱਲ ਦੇ ਬਾਰੇ ਦੱਸਿਆ ਤਾਂ ਮਾਪੇ ਜਦੋਂ ਸਕੂਲ ਦੇ ਵਿੱਚ ਪਹੁੰਚੇ ਤਾਂ ਅਧਿਆਪਕ ਨੇ ਪਹਿਲਾਂ ਤਾਂ ਮਾਫ਼ੀ ਮੰਗੀ, ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਦੇ ਖਿਲਾਫ਼ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ। ਤਾਂ ਸਰਕਾਰੀ ਸਕੂਲ ਦੇ ਅਧਿਆਪਕ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ, ਪੋਕਸੋ ਐਕਟ ਦੇ ਤਹਿਤ ਇਸ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਤਾਂ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਮਾਸਟਰ ਹੈ ਜਿਸਦਾ ਨਾਮ ਹੈ ਹਰੀਦਿਓਲ ਪ੍ਰਸਾਦ, ਅਤੇ ਉਸਨੇ ਉੱਥੇ 7ਵੀਂ ਕਲਾਸ ਵਿੱਚ ਪੜ੍ਹਦੇ ਕੁਛ ਲੜਕੀਆਂ ਨਾਲ ਛੇੜਛਾੜ ਕੀਤੀ ਹੈ। ਸਾਡੇ ਐਸ ਐਚ ਓ ਸਾਹਿਬ ਔਨ ਦਾ ਸਪੋਟ 'ਤੇ ਗਏ ਅਤੇ ਉੱਥੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਕੁਛ ਆਫਿਸ਼ਲਸ ਵੀ ਆਏ ਸੀਗੇ। ਉਹ ਆਫਿਸ਼ਲਸ ਨੇ ਉਹਨਾਂ ਦੇ ਅਗੇਂਸਟ ਡਿਪਾਰਟਮੈਂਟ ਦੀ ਇਨਕੁਆਇਰੀ ਸਟਾਰਟ ਕਰ ਦਿੱਤੀ ਹੈ, ਅਤੇ ਕੁੜੀਆਂ ਦੇ ਜਿਹੜੇ ਫਾਦਰ ਪੇਰੈਂਟਸ ਨੇ ਇਹਨਾਂ ਨੇ ਸਾਨੂੰ ਵੀ ਇੱਕ ਦਰਖਾਸਤ ਦਿੱਤੀ। ਉਸ ਦਰਖਾਸਤ ਦੇ ਬੇਸਿਸ 'ਤੇ ਅਸੀਂ ਰੈਲੀਵੈਂਟ ਸੈਕਸ਼ਨ ਦੇ ਐਫ ਆਈ ਆਰ ਲਾਂਚ ਕਰਨ ਲੱਗੇ ਹਾਂ ਜੀ। ਹਾਦਸਾ ਦੀ 3-4 ਪਤਾ ਲੱਗੇ ਨੇ, ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਕੁਛ ਹੋਰ ਵੀ ਸਮਝ ਆਇਆ ਤਾਂ ਅਸੀਂ ਦੱਸਾਂਗੇ ਜੀ। ਹਾਂਜੀ ਜੀ, ਇੱਕ ਤਾਂ ਹੈਗਾ 74 BNS ਅਤੇ 12 ਪੋਕਸੋ ਐਕਟ, ਤੇ ਸਰ ਇਹਦੀ ਗ੍ਰਿਫਤਾਰੀ ਹੋ ਗਈ ਜੀ? ਹਾਂਜੀ, ਗ੍ਰਿਫਤਾਰੀ ਹੋ ਚੁੱਕੀ ਹੈ ਜੀ। ਵਿਦਿਆਰਥਣਾਂ ਦੇ ਨਾਲ ਛੇੜਛਾੜ ਮਾਮਲੇ ਦੇ ਵਿੱਚ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੋਕਸੋ ਐਕਟ ਦੇ ਤਹਿਤ ਇਸ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਤਾਂ 7ਵੀਂ ਕਲਾਸ ਦੀ ਵਿਦਿਆਰਥਣਾਂ ਦੇ ਵੱਲੋਂ ਇਸ ਅਧਿਆਪਕ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲਗਾਏ ਗਏ ਨੇ, ਜਿਸ ਤੋਂ ਬਾਅਦ ਅਧਿਆਪਕ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਹੁਣ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ। ਤਾਂ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਇੱਕ ਸਰਕਾਰੀ ਸਕੂਲ ਦੇ ਵਿੱਚ 7ਵੀਂ ਕਲਾਸ ਦੀ 3 ਵਿਦਿਆਰਥਣਾਂ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਅਧਿਆਪਕ ਦੇ ਵੱਲੋਂ ਛੇੜਛਾੜ ਕੀਤੀ ਗਈ ਹੈ ਤੇ ਛੇੜਛਾੜ ਤੋਂ ਬਾਅਦ ਜਦੋਂ ਵਿਦਿਆਰਥਣਾਂ ਨੇ ਆਪਣੇ ਮਾਪਿਆਂ ਨੂੰ ਇਸ ਗੱਲ ਦੇ ਬਾਰੇ ਦੱਸਿਆ ਤਾਂ ਮਾਪੇ ਜਦੋਂ ਸਕੂਲ ਦੇ ਵਿੱਚ ਪਹੁੰਚੇ ਤਾਂ ਅਧਿਆਪਕ ਨੇ ਪਹਿਲਾਂ ਤਾਂ ਮਾਫ਼ੀ ਮੰਗੀ, ਪਰ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਇਸ ਦੇ ਖਿਲਾਫ਼ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ। ਤਾਂ ਸਰਕਾਰੀ ਸਕੂਲ ਦੇ ਅਧਿਆਪਕ ਦੇ ਉੱਤੇ ਇਹ ਇਲਜ਼ਾਮ ਲੱਗੇ ਨੇ, ਪੋਕਸੋ ਐਕਟ ਦੇ ਤਹਿਤ ਇਸ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਤਾਂ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਮਾਸਟਰ ਹੈ ਜਿਸਦਾ ਨਾਮ ਹੈ ਹਰੀਦਿਓਲ ਪ੍ਰਸਾਦ, ਅਤੇ ਉਸਨੇ ਉੱਥੇ 7ਵੀਂ ਕਲਾਸ ਵਿੱਚ ਪੜ੍ਹਦੇ ਕੁਛ ਲੜਕੀਆਂ ਨਾਲ ਛੇੜਛਾੜ ਕੀਤੀ ਹੈ। ਸਾਡੇ ਐਸ ਐਚ ਓ ਸਾਹਿਬ ਔਨ ਦਾ ਸਪੋਟ 'ਤੇ ਗਏ ਅਤੇ ਉੱਥੇ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੇ ਕੁਛ ਆਫਿਸ਼ਲਸ ਵੀ ਆਏ ਸੀਗੇ। ਉਹ ਆਫਿਸ਼ਲਸ ਨੇ ਉਹਨਾਂ ਦੇ ਅਗੇਂਸਟ ਡਿਪਾਰਟਮੈਂਟ ਦੀ ਇਨਕੁਆਇਰੀ ਸਟਾਰਟ ਕਰ ਦਿੱਤੀ ਹੈ, ਅਤੇ ਕੁੜੀਆਂ ਦੇ ਜਿਹੜੇ ਫਾਦਰ ਪੇਰੈਂਟਸ ਨੇ ਇਹਨਾਂ ਨੇ ਸਾਨੂੰ ਵੀ ਇੱਕ ਦਰਖਾਸਤ ਦਿੱਤੀ। ਉਸ ਦਰਖਾਸਤ ਦੇ ਬੇਸਿਸ 'ਤੇ ਅਸੀਂ ਰੈਲੀਵੈਂਟ ਸੈਕਸ਼ਨ ਦੇ ਐਫ ਆਈ ਆਰ ਲਾਂਚ ਕਰਨ ਲੱਗੇ ਹਾਂ ਜੀ। ਹਾਦਸਾ ਦੀ 3-4 ਪਤਾ ਲੱਗੇ ਨੇ, ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਕੁਛ ਹੋਰ ਵੀ ਸਮਝ ਆਇਆ ਤਾਂ ਅਸੀਂ ਦੱਸਾਂਗੇ ਜੀ। ਹਾਂਜੀ ਜੀ, ਇੱਕ ਤਾਂ ਹੈਗਾ 74 BNS ਅਤੇ 12 ਪੋਕਸੋ ਐਕਟ, ਤੇ ਸਰ ਇਹਦੀ ਗ੍ਰਿਫਤਾਰੀ ਹੋ ਗਈ ਜੀ? ਹਾਂਜੀ, ਗ੍ਰਿਫਤਾਰੀ ਹੋ ਚੁੱਕੀ ਹੈ ਜੀ।